ਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਵਰਨ ਸਿੰਘ ਟੈਣਾ ਪ੍ਰੋਗਰਾਮ ਕਲਾ ਤੇ ਕਲਾਕਾਰ ਲੈ ਕੇ ਹਾਜ਼ਰ ਹਾਂ ਦੋਸਤੋ ਪੰਜਾਬੀ ਗਾਇਕੀ ਦਾ ਦਾਇਰਾ ਬਹੁਤ ਵਿਸ਼ਾਲ ਹੈ ਤੇ ਸਮੇਂ-ਸਮੇਂ ਤੇ ਅਨੇਕਾਂ ਕਲਾਕਾਰਾਂ ਨੇ ਬਹੁਤ ਵੱਡਾ ਤੇ ਵਧੀਆ ਯੋਗਦਾਨ ਇਸ ਖੇਤਰ ਨੂੰ ਸਰਸ਼ਾਰ ਕਰਨ ਦੇ ਲਈ ਪਾਇਆ ਪਰ ਫਿਰ ਕਦੇ-ਕਦੇ ਮਨ ਦੇ ਵਿੱਚ ਇਹ ਸਵਾਲ ਆਉਂਦਾ ਹੈ ਕਿ ਅੱਜ ਸਾਡੀ ਪੰਜਾਬੀ ਗਾਇਕੀ ਕਿਹੜੇ ਰਾਹ ਨੂੰ ਤੁਰ ਪਈ ਹੈ ਪਰ ਫਿਰ ਵੀ ਇਸ ਦੌਰ ਦੇ ਵਿੱਚ ਕੁਝ ਇੱਕ ਕਲਾਕਾਰ ਇਹ ਹੋ ਜਾਈ ਨਹੀਂ ਜਿਨ੍ਹਾਂ ਨੇ ਇਹ ਸੋਚਿਆ ਕੇ ਨਾਂ ਤੇ ਨਾਵੇਂ ਦੀ ਬੇਸ਼ੱਕ ਲੋੜ ਹੈ ਪਰ ਸੱਭਿਆਚਾਰਕ ਪੇਸ਼ਕਾਰੀਆਂ ਕਰਨੀਆਂ ਨੇ ਲੋਕ ਗਾਇਕੀ ਦੇ ਰਖਵਾਲੇ ਬਣਨਾ ਹੈ ਲੋਕ ਨਾਚਾਂ ਦੀ ਪੇਸ਼ਕਾਰੀ ਕਰਨੀ ਹੈ ਸੁਥਰੇਪਣ ਨੂੰ ਅੱਗੇ ਵਧਾਉਣਾ ਹੈ ਤੇ ਇਹਨਾਂ ਸਾਰੀਆਂ ਗੱਲਾਂ ਦੇ ਲਈ ਜੇਕਰ ਅਸੀਂ ਖਰਾ ਉਤਰਨ ਵਾਲੀ ਇਕਲੌਤੀ ਸ਼ਖਸੀਅਤ ਦੇਖੀਏ ਤਾਂ ਉਹ ਹੈ ਪੰਮੀ ਬਾਈ ਤੇ ਪੰਮੀ ਬਾਈ ਜੀ ਸਾਡੇ ਸਟੂਡੀਓ ਦੇ ਵਿੱਚ ਨੇ ਉਹਨਾਂ ਦੇ ਗਾਇਕੀ ਸਫ਼ਰ ਬਾਰੇ ਤੇ ਪਵਿੱਖੀ ਯੋਜਨਾਵਾਂ ਬਾਰੇ ਜਾਣਾਂਗੇ ਸਵਾਗਤ ਕਰਦੇ ਹਾਂ ਪੰਮੀ ਬਾਈ ਜੀ ਦਾ ਬਾਈ ਜੀ ਤੁਹਾਡਾ ਸਵਾਗਤ ਹੈ। థాంਕ ਯੂ ਵੈਰੀ ਮੱਚ। ਮੈਂ ਬੜਾ ਧੰਨਵਾਦੀ ਆ ਇਸ ਅਜੀਤ ਬੈਬ ਦਾ ਇਸ ਕਰਕੇ ਕਿ ਅੱਜ ਲੱਖਾਂ ਸਰੋਤੇ ਇਸ ਪ੍ਰੋਗਰਾਮ ਨੂੰ ਮਾਰ ਰਹੇ ਨੇ। ਸੋ ਉਹਨਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਾਈ ਜੀ ਤੁਹਾਡੀ ਸ਼ਖਸੀਅਤ ਆ ਜਿਹੜੀ ਉਹ ਨਿਰਾਲੀ ਹੈ। ਹਮੇਸ਼ਾ ਤੁਹਾਡਾ ਹਸੂ ਹਸੂ ਕਰਦਾ ਜਿਹੜਾ ਚਿਹਰਾ ਉਹ ਮਨ ਨੂੰ ਤਰੋ ਤਾਜ਼ਾ ਕਰ ਦਿੰਦਾ ਹੈ। ਪੰਜਾਬ ਦੇ ਹਰ ਨੌਜਵਾਨ ਦੀ ਇੱਛਾ ਹੁੰਦੀ ਹੈ ਵੀ ਜੇਕਰ ਮੈਨੂੰ ਸਰਕਾਰੀ ਨੌਕਰੀ ਮਿਲ ਜਾਏ ਤਾਂ ਬੱਲੇ ਬੱਲੇ ਹੋ ਜੇ। ਪਰ ਤੁਸੀਂ ਮੇਰਾ ਖਿਆਲ ਇਕਲੌਤੇ ਇਹੋ ਜਿਹੇ ਕਲਾਕਾਰੋਂ ਜਿਨ੍ਹਾਂ ਨੇ ਇਹ ਕਲਾਸ ਅਫਸਰੀ ਛੱਡ ਕੇ ਗਾਇਕੀ ਦਾ ਰਾਹ ਚੁਣਿਆ ਇਹਨਾਂ ਰਿਸਕ ਆ ਜਿਹੜਾ ਉਹਨੇ ਕਦੇ ਡਰਾਇਆ ਨਹੀਂ ਤੁਹਾਨੂੰ ਕਿ ਕਿਹੜੇ ਰਾਹ ਤੇ ਤੁਰੇ ਜਾਂਦੇ ਆ ਕਿਹੜੇ ਰਾਹ ਦੇ ਵਿੱਚ ਪਏ ਸੀ ਸਵਰਨ ਜੀ ਤੁਹਾਡੇ ਇਸ ਸਵਾਲ ਦਾ ਜਵਾਬ ਬੜਾ ਸਰਲ ਤੇ ਸੌਖਾ ਹੈ ਮੇਰੇ ਲਈ ਕਿਉਂਕਿ ਜਦੋਂ ਬੰਦਾ ਕਿਸੇ ਚੀਜ਼ ਦੇ ਲਈ ਕਮਿਟਮੈਂਟ ਕਰਦਾ ਹੈ ਆਪਣੇ ਜ਼ਿਹਨ ਦੇ ਅੰਦਰ ਤਾਂ ਉਹਦੀ ਕਮਿਟਮੈਂਟ ਦੇ ਵਿੱਚ ਇੱਕ ਪਰਪਕਤਾ ਹੁੰਦੀ ਹੈ ਹਮ ਬਿਲਕੁਲ ਪਰਪਕਤਾ ਉਸ ਕਮਿਟਮੈਂਟ ਤੇ ਉਸ ਗੋਲ ਤੇ ਪਹੁੰਚਣ ਦੇ ਲਈ ਸੋ ਮੈਂ ਜਦੋਂ ਉਸ ਨੌਕਰੀ ਦੇ ਉੱਤੇ ਸਾਂ ਤਾਂ ਉਸ ਵਕਤ ਮੇਰੇ ਚ ਇਹ ਪਰਪਕਤਾ ਆ ਚੁੱਕੀ ਸੀ ਤੇ ਮੈਂ ਇੱਕ ਆਪਦਾ ਗੋਲ ਇੱਕ ਆਪਦਾ ਇਕਾਈਤਾ ਜਿੱਥੇ ਕਿ ਮੇਰੀ ਸੋਚ ਸੀ ਕਿ ਮੈਂ ਇਸ ਅਕੀਦੇ ਦੇ ਉੱਤੇ ਪਹੁੰਚਣੀ ਪਹੁੰਚਣਾ ਸੋ ਮੈਂ ਉਸ ਰਾਹ ਨੂੰ ਤੁਰਿਆ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਰਦਾਰ ਬਰਜਿੰਦਰ ਸਿੰਘ ਵਰਗੇ ਲੇਖਕਾਂ ਨੇ ਅਜੀਤ ਕੁਵਾਰ ਦੇ ਐਡੀਟোরিয়াল ਦੇ ਵਿੱਚ ਵੀ ਮੇਰਾ ਜ਼ਿਕਰ ਕੀਤਾ ਉਹ ਇਸ ਕਰਕੇ ਕੀਤਾ ਕਿ ਮੈਂ ਨਿਰੰਤਰ ਆਪਣੇ ਪੰਜਾਬੀ ਮਾਂਬੋਲੀ ਲਈ ਤੇ ਆਪਣੇ ਸੱਭਿਆਚਾਰ ਲਈ ਪ੍ਰਪੱਖਾਂ ਤੇ ਉਸ ਲਈ ਕੰਮ ਕਰ ਰਿਹਾ ਤੇ ਕਰਦਾ ਰਹੂੰਗਾ ਬਿਲਕੁਲ ਤੇ ਉਸ ਕਰਨ ਦੇ ਵਿੱਚ ਹੀ ਅੱਜ ਪੂਰੀ ਦੁਨੀਆ 'ਚ ਵਸਦੇ ਪੰਜਾਬੀ ਪੰਮੀ ਮਾਈ ਨੂੰ ਪਿਆਰ ਬਖਸ਼ਦੇ ਨੇ ਤੇ ਪੰਮੀ ਮਾਈ ਨੂੰ ਅਸ਼ੀਰਵਾਦ ਦਿੰਦੇ ਨੇ ਮਾਮਾ ਸਿਰਪਲੋਸ ਦੀਆਂ ਨੇ ਬਜ਼ੁਰਗਾ ਥਾਪੜਾ ਦਿੰਦੇ ਨੇ ਭਰਾ ਜੈਫੀਆਂ ਪਾਉਂਦੇ ਨੇ ਪਹਿਣਾ ਸੀਸਾ ਦਿੰਦੀਆਂ ਨੇ ਬਿਲਕੁਲ ਜੀ ਤੁਸੀਂ ਜਿਹੜੀ ਗੱਲ ਕੀਤੀ ਆ ਸਰਦਾਰ ਬਰਜਿੰਦਰ ਸਿੰਘ ਹਮਦਰਦ ਹੋਰਾਂ ਨੇ ਤੁਹਾਡਾ ਜ਼ਿਕਰ ਕੀਤਾ ਸਾਨੂੰ ਇਸ ਗੱਲ ਦਾ ਬੜਾ ਮਾਣ ਆ ਬੜੀ ਇਸ ਗੱਲ ਦੀ ਤਸੱਲੀ ਆ ਕਿ ਉਹਨਾਂ ਨੇ ਪੰਜਾਬੀ ਪੱਤਰਕਾਰਤਾ ਦੇ ਵਿੱਚ ਨਵੀਆਂ ਪੈੜਾਂ ਪਾਉਣ ਦੇ ਨਾਲ ਨਾਲ ਪੰਜਾਬ ਦੇ ਕਲਾਕਾਰਾਂ ਨੂੰ ਬਣਦਾ ਸਰਦਾ ਮਾਣ ਸਨਮਾਨ ਦਿੱਤਾ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਇਹ ਗੱਲਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਪਰ ਤੁਸੀਂ ਲੋਕ ਨਾਚਾਂ ਦੀ ਪੇਸ਼ਕਾਰੀ ਕੀਤੀ ਵਿਰਾਸਤੀ ਗਾਇਕੀ ਨੂੰ ਸੰਭਾਲਿਆ ਸਾਨੂੰ ਇਦਾਂ ਜਾਪਦਾ ਨਹੀਂ ਕਿ ਪੰਜਾਬੀ ਆਪਣੀ ਲੋਕ ਧਾਰਾ ਦੇ ਨਾਲੋਂ ਆਪਣੀ ਵਿਰਾਸਤ ਦੇ ਨਾਲੋਂ ਦੂਰ ਹੁੰਦੇ ਜਾ ਰਹੇ ਆ। ਸਵਰਨ ਪੰਜਾਬੀਆਂ ਦੀ ਬਦਕਿਸਮਤੀ ਇਹੀ ਹੈਗੀ ਹੈ ਕਿ ਅਸੀਂ ਆਪਣਾ ਛੱਡ ਕੇ ਬਗਾਨਿਆਂ ਮੰਗਰ ਭਾਈਦੇ ਆ। ਮੈਨੂੰ ਤਾਂ ਬੜੀ ਸ਼ਰਮ ਆਉਂਦੀ ਹੈ ਜਦੋਂ ਮੈਂ ਅੰਗਰੇਜ਼ੀ ਦੇ ਵਿੱਚ ਟਾਈਟਲ ਵੇਖਦਾ ਪੰਜਾਬੀ ਗਾਣੇ ਦੇ ਵਿੱਚ ਅੰਗਰੇਜ਼ੀ ਰਾਇ ਵੇਖਦਾ ਜਾਂ ਉਸ ਤਰ੍ਹਾਂ ਦੀਆਂ ਉਹਨਾਂ ਦੀਆਂ ਪਿਕਚਰੇਜੇਸ਼ਨਸ ਵੇਖਦਾ ਤਾਂ ਮੈਂ ਇਹ ਸੋਚਦਾ ਕਿ ਜਵਾਨ ਸਾਡੇ ਅੱਜ ਦੇ ਕਿਹੜੇ ਪਾਸੇ ਨੂੰ ਕਰਾਹੇ ਪੈ ਗਏ ਨੇ। ਬਿਲਕੁਲ ਅਸੀਂ ਆਪਣੀ ਵਿਰਾਸਤ ਨੂੰ ਛੱਡ ਕੇ ਆਪਣੇ ਉਸ ਅਮੀਰ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਾਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਕੀ ਪੇਸ਼ ਕਰ ਰਹੇ ਹਾਂ ਕਲਾਕਾਰ ਮਹਿਜ਼ ਸ਼ੋਹਰਤ ਤੇ ਪੈਸੇ ਕਮਾਉਣ ਲਈ ਨਹੀਂ ਬਣਦਾ ਕਲਾਕਾਰ ਇੱਕ ਸਮਾਜ ਦਾ ਆਇਨਾ ਹੁੰਦਾ ਹੈ ਸ਼ੀਸ਼ਾ ਹੁੰਦਾ ਹੈ ਤੇ ਕਲਾਕਾਰ ਨੂੰ ਆਪਣੇ ਸਮਾਜ ਪ੍ਰਤੀ ਸਹਿਰਦ ਹੋਣਾ ਉਹਦੇ ਪ੍ਰਤੀ ਉਸ ਤਰ੍ਹਾਂ ਦੀ ਸੋਚ ਰੱਖਣੀ ਇਹ ਬਹੁਤ ਬਹੁਤ ਜਿਆਦਾ ਜ਼ਰੂਰੀ ਹੈ ਤੇ ਅੱਜ ਦੀ ਬਦਕਿਸਮਤੀ ਇਹ ਇਸੇ ਗੱਲ ਦੀ ਹੈ ਕਿ ਸਾਡੇ ਕਲਾਕਾਰ ਮਹਿਜ਼ ਸ਼ੌਹਰਤ ਤੇ ਪੈਸੇ ਲਈ ਸਾਰੇ ਹੱਦ ਬੰਦੇ ਡੱਬਣ ਨੂੰ ਤਿਆਰ ਨੇ ਤੇ ਉਹ ਚਾਹੁੰਦੇ ਨੇ ਕਿ ਜਿਵੇਂ ਸਾਨੂੰ ਪੈਸੇ ਆਉਂਦੇ ਨੇ ਜਾਂ ਜਿਵੇਂ ਸਾਡਾ ਸ਼ੌਰਤ ਦੇ ਵਿੱਚ ਡੰਕਾ ਵੱਜ ਰਿਹਾ ਹੈ ਸ਼ਾਇਦ ਉਹੀ ਸਾਡੀ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ ਪਰ ਮੈਂ ਅਬਦੇ ਦੇ ਉੱਤੇ ਇਸ ਗੱਲ ਨੂੰ ਲਾਗੂ ਕਰਕੇ ਰੱਖਦਾ ਕਿ ਮੇਰੀ ਪ੍ਰਾਪਤੀ ਕਿ ਮੈਂ ਅਬਦੇ ਲੋਕਾਂ ਲਈ ਅਬਦੇ ਸਮਾਜ ਲਈ ਕੀ ਕਰਦਾ ਤੇ ਮੇਰੀ ਪ੍ਰਾਪਤੀ ਇਹ ਹੈ ਪੈਸੇ ਕਮਾਉਣਾ ਹਰ ਬੰਦੇ ਦਾ ਕੰਮ ਹੈ ਮੈਂ ਵੀ ਕਮਾਉਣਾ ਪਰ ਮੈਨੂੰ ਇੰਨੇ ਪੈਸਿਆਂ ਦੀ ਵੀ ਕੀ ਲੋੜ ਹੈ ਕਿ ਉਹ ਪੈਸੇ ਮੇਰੇ ਸਿਰ ਚੜ ਕੇ ਬੋਲਣ ਜੀ ਜੀ ਦੋ ਟਾਈਮ ਦੀ ਰੋਟੀ ਖਾਣੀ ਹੈ ਵਧੀਆ ਰਹਿਣਾ ਸੋ ਉਹ ਸੱਚੇ ਪਾਤਸ਼ਾਹ ਨੇ ਮੈਨੂੰ ਦਿੱਤਾ ਉਹ ਤਾਂ ਮੈਨੂੰ ਉਹਨਾਂ ਕ ਤਾਂ ਮੇਰੇ ਵਾਲਦ ਸਾਹਿਬ ਮੇਰੇ ਬਜ਼ੁਰਗ ਹੀ ਦੇ ਗਏ ਸਨ ਜੀ ਸੋ ਇਸ ਕਰਕੇ ਮੈਂ ਕਮਿਟਿਡ ਆਫ ਦੀ ਇਸ ਲੋਕਧਾਰਾ ਨਾਲ ਜੁੜਿਆ ਹੋਇਆ ਜਿਹਦੇ ਵਿੱਚ ਮੈਂ ਆਪਦੇ ਪੰਜਾਬੀ ਲੋਕ ਗੀਤ ਪੰਜਾਬੀ ਲੋਕ ਵਿਰਾਸਤ ਦੇ ਵਿੱਚ ਆਪਣੇ ਪੰਜਾਬੀ ਲੋਕ ਸਾਜ਼ ਆਪਣਾ ਲੋਕ ਪਹਿਰਾਵਾ ਆਪਣੇ ਲੋਕ ਰਾਜ ਉਹ ਸਾਰਿਆਂ ਦੀ ਇਕੱਠੀ ਸ਼ਮੂਲੀਅਤ ਕਰਕੇ ਇੱਕ ਐਜ਼ ਅ ਪਰਫਾਰਮਰ ਮੈਂ ਲੋਕਾਂ ਦੇ ਸਾਹਮਣੇ ਆਇਆ ਤੇ ਲੋਕਾਂ ਨੇ ਮੈਨੂੰ ਮਾਣਾ ਮੁਹੀ ਪਿਆਰ ਦਿੱਤਾ ਤੇ ਹੋਰ ਮੈਨੂੰ ਕੀ ਚਾਹੀਦਾ ਬਿਲਕੁਲ ਸਹੀ ਗੱਲ ਹੈ ਜੇ ਤੁਹਾਡੀ ਪ੍ਰਤੱਖ ਨੂੰ ਪ੍ਰਮਾਣ ਕਰਦਾ ਤੁਸੀਂ ਤਾਂ ਤਲੀ ਦੇ ਉੱਤੇ ਸਰੋਂ ਜਮਾ ਕੇ ਦਿਖਾਈ ਹੈ ਦਰਸਲ ਕਿ ਸਿਰਫ ਤੇ ਸਿਰਫ ਮਾੜਾ गा ਕੇ ਨੰਗੇਜ ਦਿਖਾ ਕੇ ਪ੍ਰਸਿੱਧੀ ਨਹੀਂ ਹਾਸਲ ਕੀਤੀ ਜਾ ਸਕਦੀ ਚੰਗਿਆਈ ਨੂੰ ਸੁਣਨ ਵਾਲੇ ਲੋਕ ਚੰਗੀ ਗਾਇਕੀ ਨੂੰ ਜਾਣਨ ਵਾਲੇ ਪਛਾਣਨ ਵਾਲੇ ਪਿਆਰ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਘਟ ਨਹੀਂ ਹੈ ਬਸ਼ਰਤੇ ਤੁਹਾਨੂੰ ਪੇਸ਼ਕਾਰੀ ਦਾ ਢੰਗ ਪਤਾ ਹੋਵੇ ਸਾਡੇ ਅੱਜ ਦੇ ਜਿੰਨੇ ਲੇਖਕ ਨੇ ਰਾਈਟਰਸ ਨੇ ਉਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਲਿਟਰੇਚਰ ਮਰਫੀ ਹੋ ਗਿਆ ਜਿੰਨੇ ਪੁਰਾਣੇ ਜੇ ਅਸੀਂ ਲੰਦਰ ਨੂਰਪੂਰੀ ਸਾਹਿਬ ਦੀ ਗੱਲ ਕਰਦੇ ਹਾਂ ਲਾਲਾ ਧਨੀ ਰਾਮ ਚਾਤਰਕ ਦੀ ਗੱਲ ਕਰਦੇ ਹਾਂ ਪ੍ਰੋਫੈਸਰ ਮੋਹਨ ਸਿੰਘ ਦੀ ਗੱਲ ਕਰਦੇ ਹਾਂ ਸਫਰੀ ਸਾਹਿਬ ਦੀ ਗੱਲ ਕਰਦੇ ਹਾਂ ਸ਼ਿਵ ਕੁਮਾਰ ਬਟਾਲਵੀ ਦੀ ਕਰਦੇ ਹਾਂ ਤਾਂ ਇਹਨਾਂ ਸਾਰੇ ਲੇਖਕਾਂ ਦੇ ਵਿੱਚ ਇਹਨਾਂ ਰਾਈਟਰਾਂ ਦੇ ਲਿਖਤਾਂ ਦੇ ਵਿੱਚ ਸਾਡਾ ਲਿਟਰੇਚਰ ਬੋਲਦਾ ਸੀ ਬਿਲਕੁਲ ਸਹੀ ਤੇ ਅੱਜ ਤੱਕ ਬੰਦੀ ਬੋਲਦੀ ਹੈ ਇਹ ਬਦਕਿਸਮਤੀ ਦੀ ਗੱਲ ਹੈ ਕਿ ਇੱਕ 10 ਪਾਸ ਮੁੰਡਾ ਜਿਹਨੇ ਕਦੇ ਵੀ ਨਾ ਵਾਰੈਸ਼ਾ ਪੜਿਆ ਨਾ ਬਾਬਾ ਬੁੱਲੇ ਸ਼ਾਹ ਪੜਿਆ ਨਾ ਸ਼ੇਖ ਫਰੀਦ ਪੜਿਆ ਨਾ ਮੀਸ਼ਾ ਪੜਿਆ ਨਾ ਬਲੱਗਣ ਪੜਿਆ ਤੇ ਉਹ ਬੰਦਾ ਕਹਿ ਰਿਹਾ ਜੀ ਮੈਂ ਗਾਣੇ ਲਿਖਨੇ ਈ ਤੁਹਾਡੇ ਲਈ ਜੀ ਜੀ ਸੋ ਮੈਂ ਪਹਿਲੇ ਤੁਸੀਂ ਗਾਉਨੇ ਹੋ ਮੈਂ ਮੈਂ ਪਹਿਲਾਂ ਇਹੀ ਪੁੱਛਦਾ ਨੂੰ ਕਾਕਾ ਤੂੰ ਪੜਿਆ ਕਿੰਨਾ ਹੈ ਤੇ ਕਿਸੇ ਰੈਕਟਰ ਨੂੰ ਪੜਿਆ ਵਾਰੇਸ਼ਾ ਨੂੰ ਪੜਿਆ ਨਾ ਜੀ ਉਹ ਕੌਣ ਹੈ ਜੀ ਅੱਛਾ ਸੋ ਇਸ ਤਰ੍ਹਾਂ ਦੇ ਜਦੋਂ ਇਸ ਜਮਾਨੇ ਦੇ ਵਿੱਚ ਇਸ ਕਿਸਮ ਦੇ ਗਾਣੇ ਆਉਣ ਲੱਗ ਜਾਂਦੇ ਤੇ ਡੈਫੀਨਿਟਲੀ ਉਹ ਸਾਡੀ ਬਦਕਿਸਮਤੀ ਦੀ ਗੱਲ ਹੈ ਤੇ ਸਰਕਾਰਾਂ ਵੀ ਖਮੋਸ਼ ਨੇ ਜੀ ਇਹਨਾਂ ਚੀਜ਼ਾਂ ਲਈ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਸਾਡੀ ਕੋਈ ਕਲਚਰ ਪਾਲਿਸੀ ਨਹੀਂ ਜਿਹੜੀ ਸਭ ਤੋਂ ਵੱਡੀ ਅੱਜ ਸਮੇਂ ਦੀ ਲੋੜ ਹੈ ਸਾਡੇ ਸਭਿਆਚਾਰਕ ਡਿਪਾਰਟਮੈਂਟ ਖਮੋਸ਼ ਪਏ ਨੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਸਭਿਆਚਾਰ ਭਾਗ ਵੀ ਹੈਗਾ ਤੇ ਉਹ ਹੈ ਕਿੱਥੇ ਸਹੀ ਹੈ ਸਹੀ ਹੈ ਉਹ ਉਸ ਦਾ ਕੋਈ ਕੰਮ ਨਹੀਂ ਕੋਈ ਸਾਡੇ ਕੋਲੇ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸਬਜੈਕਟ ਨਹੀਂ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਵਿਰਾਸਤ ਬਾਰੇ ਆਪਣੇ ਸੱਭਿਆਚਾਰ ਦੇ ਉਸ ਅਮੀਰ ਚਲਕਾਰੇ ਬਾਰੇ ਦੱਸਦਾ ਸਕੀਏ ਸਾਡੇ ਕੋਲੇ ਕੋਈ ਮਿਊਜ਼ੀਅਮ ਨਹੀਂ ਹੈ ਸੋ ਇਸ ਤਰ੍ਹਾਂ ਦੀ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਨਾਲ ਜੁੜੀਆਂ ਹੋਈਆਂ ਦੇ ਮੈਂ ਪਾਣੀ ਪਰੇ ਨਹੀਂ ਆ ਪਤਣੋ ਕਿਆ ਬਾਤ ਸੀ ਇਸ ਗਾਣੇ ਦੀ ਅੱਜ ਵੀ ਜਦੋਂ ਇਹਨੂੰ ਸੁਣਦੇ ਆ ਤਾਂ ਯਾਪਦਾ ਇਹ ਆ ਕਿ ਇਹ 21 ਸਾਲ ਪੁਰਾਣਾ ਨਹੀਂ ਇਹ ਕੱਲ੍ਹ ਭਲਕੀ ਰਿਲੀਜ਼ ਹੋਇਆ ਗਾਣਾ ਹੈ ਤੇ ਤੁਸੀਂ ਇਦਾਂ ਸੋਚਿਆ ਸੀਗਾ ਕਿ ਜਿਹੜਾ ਇਸ ਰੂਪ ਵਾਲਾ ਗੀਤ ਗਾਵਾਂਗੇ ਤਾਂ ਉਹਦੇ ਨਾਲ ਇੰਨੀ ਪ੍ਰਸਿੱਧੀ ਮਿਲ ਸਕਦੀ ਹੈ ਅ ਸਵਰਨ ਜੀ ਮੈਂ ਦੱਸਣਾ ਚਾਹੁੰਨਾ ਆਪਦੇ ਸਾਰੇ ਸਿਰੋਤਿਆਂ ਨੂੰ ਕਿ ਮਾਝੇ ਮਾਲਵੇ ਦੇ ਬਾਬੇ ਦੀਆਂ ਬੋਲੀਆਂ ਮੇਰੀ ਪਹਿਲੀ ਪ੍ਰੋਫੈਸ਼ਨਲ ਕੈਸਟ ਸੀ ਜਿਹਨੂੰ ਜਨਾਬ ਚਰਨਜੀਤ ਹੋਜਾ ਸਾਹਿਬ ਨੇ ਸ਼ਹੀਦ ਬਦ ਕੀਤਾ ਉਹਨਾਂ ਨੇ ਪ੍ਰੋਡਿਊਸ ਕੀਤਾ ਸੰਗੀਤ ਸਮਰਾਟ ਨੇ ਬਿਲਕੁਲ ਤੇ ਅੱਜ ਉਸ ਕੈਸਟ ਨੂੰ ਪੂਰੇ 20 ਸਾਲ ਹੋ ਗਏ ਪਰ 20 ਸਾਲ ਚ ਵੀ ਨਵੀਨ ਕੋਰ ਹੈ ਸਹੀ ਹੈ बोलियां ਸਾਡੀ ਮਿੱਟੀ ਦੀ ਕਸ਼ਬੋ ਨੇ ਸਾਡਾ ਵਿਰਸਾ ਹੈ ਸਾਡਾ ਕਲਚਰ ਹੈ ਤੇ ਇਸ ਕਰਕੇ ਉਹਨਾਂ ਨੇ ਜਦੋਂ ਬਣਾਈ ਸੀ ਤੇ ਮੈਨੂੰ ਇਹ ਗੱਲ ਕਹਿਤੀ ਸੀ ਉਹਨੂੰ ਉਹਦਾ ਮਾਸਟਰ ਬਣਾਉਣ ਤੋਂ ਬਾਅਦ ਕਿ ਪਰਮਜੀਤ ਨਾ ਕਿਸੇ ਨੇ ਇਸ ਤਰ੍ਹਾਂ ਦੀਆਂ ਬੋਲੀਆਂ ਬਣਾਈਆਂ ਤੇ ਨਾ ਕਿਸੇ ਨੇ ਬਣਾਉਣੀਆਂ ਨੇ ਤੇ ਮੈਂ ਕਈ ਵਾਰ ਉਹਨਾਂ ਨਾਲ ਹੁਣ ਵੀ ਹੱਸਦਾ ਹੁੰਨਾ ਵੀ ਪਾਜੀ ਉਹ ਥੋੜੇ ਸ਼ਬਦ ਹਾਲੇ ਵੀ ਮੇਰੇ ਕੰਨਾਂ 'ਚ ਗੂੰਜਦੇ ਨੇ ਜੀ ਜੀ ਸੋ ਜਿੱਥੇ ਤੱਕ ਉਹ ਪਾਣੀ ਭਰੇਨੀਆਂ ਦੀ ਗੱਲ ਹੈਗੀ ਮੇਰੇ ਸਵਰਗੀ ਅਸਤਾਦ ਭਾਨाराम ਜੀ ਉਹ ਦੇਸ਼ ਦੀ ਬੰਡ ਤੋਂ ਬਾਅਦ ਸਿੱਖਪੁਰਾ ਤੋਂ ਮਾਈਗਰੇਟ ਹੋ ਕੇ ਆਏ ਸਨ ਜੀ ਤੇ ਇਹ ਉਥੋਂ ਦੀ ਲੋਕ ਵਿਰਾਸਤ ਲੋਕਗੀ ਸੀ ਤੇ ਇਹ ਝੂਮਰ ਨਾਚ ਦੀ ਬਣਗੀ ਦੇ ਉੱਤੇ ਡਿਪਿክት ਕੀਤਾ ਹੋਇਆ ਸੀ ਤੇ ਉਹ ਉਸਤਾਲ ਦੇ ਉੱਤੇ ਇਹ ਗਾਇਆ ਜਾਂਦਾ ਸੀ ਤੇ ਮੈਨੂੰ ਕਹਿਣ ਲੱਗੇ ਵੀ ਪੁੱਤਰਾ ਇਹ ਕਦੇ ਗਾਈ ਤੇ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਉਹਨਾਂ ਦੇ ਫੌਤ ਹੋਣ ਤੋਂ ਮਗਰੋਂ ਮੈਨੂੰ ਗਾਉਣ ਦਾ ਮਨ ਪ੍ਰਾਪਤ ਹੋਇਆ ਪਰ ਜਦੋਂ ਮੈਂ ਇਹ ਗਾਣਾ ਗਾਇਆ ਤੇ ਮੈਨੂੰ ਵੀ ਪਤਾ ਨਹੀਂ ਸੀ ਕਿ ਲੋਕਾਂ ਨੇ ਇਹਨੂੰ ਇੰਨਾ ਪਿਆਰ ਕਰਨਾ ਹੈ ਉਹਦੇ ਚ ਪਾਈ ਮੇਰੀ ਝੂਮਰ ਦੀ ਸ਼ਿਸ਼ਕਰ ਹੂੰ ਉਹ ਸ਼ਿਸ਼ਕਰ ਲੋਕਾਂ ਦੇ ਸਿਰ ਚੜ ਕੇ ਬੋਲ ਗਈ ਤੇ ਅੱਜ ਮੇਰੀ ਤੁਸੀਂ ਸ਼ਿਸ਼ਕਰ ਦੇ ਬ੍ਰਾਂਡ ਬਸ ਹਾਂ ਅੱਜ ਉਹ ਮੇਰੀ ਮਤਲਬ ਕਿ ਮੇਰੀ ਜਿਹੜੀ ਹੈਗੀ ਆ ਉਹ ਮੇਰੀ ਪਛਾਣ ਬਣ ਗਈ ਹੈ ਤੇ ਮਤਲਬ ਕਿ ਮੇਰਾ ਲੋਗੋ ਬਣ ਗਿਆ ਪੱਕਾ ਜੇ ਕੋਈ ਬੰਦਾ ਹੋਰ ਵੀ ਗਾਇਕ ਜਿਹੜਾ ਹੈਗਾ ਸ਼ਿਸ਼ਕਰ ਪਾਉਂਦਾ ਤਾਂ ਉਹ ਕਹਿੰਦੇ ਇਹ ਤਾਂ ਪੰਮੀ ਬਾਈ ਵਾਲੀ ਹਾਲਾਂਕਿ ਮੇਰੀ ਨਹੀਂ ਹੈ ਉਹ ਮੈਂ ਕਿ ਝੂਮਰ ਨਾਚ ਆਪਦੀ ਕਿ ਝੂਮਰ ਬਣ ਗਈ ਜੋ ਮੈਂ ਆਪਣੇ استاد ਲੋਕਾਂ ਤੋਂ ਸਿੱਖੀ ਮੈਂ ਉਹਦੇ ਚੋ ਉਹ ਕੱਢੀ ਕਿਉਂਕਿ ਉਹ ਲੋਕ ਨਾਚ ਦੀ ਤਾਲ ਦੇ ਉੱਤੇ ਇਹ ਗਾਣਾ ਸੀ ਬਣ ਗਈ ਹਾਂ ਸੋ ਉਹਦੇ ਦੋ ਬੋਲ ਮੈਂ ਜ਼ਰੂਰ ਦੱਸਦਾ ਕਹਿਣੀ ਲੱਗੇ ਕਰਾਂਗਾ ਹਾਂ ਨੀ ਮੈਂ ਪਾਣੀ ਛਿ ਨੀ ਮੈਂ ਪਾਣੀ ਭਰੇ ਨੀਆਂ ਪਤਣੋ ਹੋ ਬੜੇ ਨੈਨ ਹੋ ਬੜੇ ਨੈਨ ਨਰੇਂਦੇ ਤੱਕਣੂ ਅੱਲਾ ਜਾਣੇ ਤੇ ਯਾਰ ਨਾ ਜਾਣੇ ਮੇਰਾ ਢੋਲੀ ਜਵਾਨੀਆਂ ਆਮਾਣੇ ਅੱਲਾ ਜਾਣੇ ਤੇ ਯਾਰ ਨਾ ਜਾਣੇ ਮੇਰਾ ਢੋਲੇ ਜਵਾਨੀਆਂ ਆਮਾਣੇ ਹੁਣ ਤੱਕ ਤੁਹਾਡੀਆਂ ਕਿੰਨੀਆਂ ਕਿ ਐਲਬਮਾਂ ਜੜੀਆਂ ਸਰ ਜੀ ਮੈਂ ਉਸ ਚੀਜ਼ 'ਤੇ ਵਿਸ਼ਵਾਸ ਕੀਤਾ ਕਿ ਦੋ ਪੈਰ ਕੱਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਜੀ ਜੀ ਕਿਉਂਕਿ ਮੇਰੇ ਪਿਤਾ ਜੀ ਸਵਰਗੀ ਸਰਦਾਰ ਪ੍ਰਤਾਪ ਸਿੰਘ ਬਾਗੀ ਜੀ ਕਾਮਰੇਡ ਸਾਹਿਬ ਜੀ ਜੀ ਫਰੀडम फाइਟਰ ਸਨ ਬਿਲਕੁਲ ਪੋਲੀਟੀਸ਼ੀਨ ਵੀ ਸਨ ਇਲੈਕਸ਼ਨਾਂ ਵੀ ਲੜੀਆਂ ਹਮ ਪਰ ਉਹਨਾਂ ਤੋਂ ਮੈਂ ਸਿੱਖਿਆ ਬਹੁਤ ਕੁਝ ਜੀ ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਬੇਚਾ ਆਬਦੀ ਜ਼ਿੰਦਗੀ 'ਚ ਕੱਟ ਕੰਮ ਕਰੋ ਪਰ ਉਹ ਕਰੋ ਜਿਹੜਾ ਲੋਕਾਂ ਦੇ ਸਾਹਮਣੇ ਆਵੇ ਤੇ ਲੋਕਾਂ ਲਈ ਹੋਵੇ ਸਹੀ ਸੋ ਉਹ ਗੁੜਤੀ ਮੈਨੂੰ ਮਿਲੀ ਹੋਈ ਹੈ ਉਸ ਗੁੜਤੀ ਨੂੰ ਲੈ ਕੇ ਮੈਂ ਚੱਲਿਆ ਮੈਂ ਟੋਟਲ ਹੁਣ ਤੱਕ 20 ਸਾਲ ਦੇ ਅਰਸੇ ਚ ਅਬਦੀਆਂ ਸੋਲੋ 12 ਕੈਸੇਟਸ ਕੀਤੀਆਂ ਨੇ ਬਾਕੀ ਸਿੰਗਲ ਸਿੰਗਲ ਗਾਣੇ ਬਹੁਤ ਕੀਤੇ ਨੇ ਵਕ ਵਕ ਕੈਸੜਾਂ ਲਈ ਕੀਤੇ ਨੇ ਵਕ ਵਕ ਦੋਸਤਾਂ ਲਈ ਕੀਤੇ ਨੇ ਤੇ ਉਸ 12 ਕੈਸੇਟਸ ਦੇ ਨਾਲ ਮੈਂ ਪੂਰੀ ਦੁਨੀਆ ਚ ਅੱਜ ਲੋਕ ਪੰਮੀ ਬਾਈ ਨੂੰ ਪਛਾਣਦੇ ਨਹੀਂ ਜਾਣਦੇ ਨੇ ਤੇ ਇੱਕ ਅਗਲੀ ਗੱਲ ਜਿਹੜੀ ਹੈਗੀ ਉਹ ਹੈ ਕਿ ਸਾਡੇ ਗਮਾਂਡੀ ਮੁਲਕ ਸਾਡੇ ਪੰਜਾਬੀ ਭਰਾ ਜਿਹੜੇ ਪਾਕਿਸਤਾਨ ਲਾਹੌਰ ਚ ਵੱਸਦੇ ਨੇ ਉਹ ਮੈਨੂੰ ਅੰਤਾਂ ਦਾ ਪਿਆਰ ਕਰਦੇ ਨੇ ਤੇ ਮੈਂ ਦੋ ਵਾਰ ਉੱਥੇ ਜਾ ਕੇ ਪਰਫਾਰਮ ਵੀ ਕਰ ਚੁੱਕਿਆ ਹਾਂ ਹੁਣ ਫੇਰ ਮੈਨੂੰ ਇੱਕ ਉਥੋਂ ਸੱਦਾ ਪੱਤਰ ਆਇਆ ਹੋਇਆ ਹੈ ਫਕਰ ਜ਼ਮਾਨਾ ਸਾਹਿਬ ਉਹਨਾਂ ਦਾ ਕਿ ਤੁਸੀਂ ਜ਼ਰੂਰ ਆਉਣਾ ਹੈ ਪਰ ਉਹ ਕੁਝ ਹੁੰਦੇ ਨੇ ਆਪਦੇ ਰਜ਼ੀਮੇ ਵੀ ਕਈ ਵਾਰ ਨਹੀਂ ਵੀ ਜਾ ਹੁੰਦਾ ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜੇ ਮੈਂ ਉਸ ਪੰਜਾਬ ਚ ਜਾਵਾਂ ਉਸ ਪੰਜਾਬ ਦੇ ਲੋਕਾਂ ਨਾਲ ਆਪਣੇ ਗੀਤਾਂ ਦੀ ਸਾਂਝ ਪਾਵਾ ਤਾਂ ਮੇਰਾ ਮਨ ਖੁਸ਼ ਹੁੰਦਾ ਹੈ ਭਾਈ ਜੀ ਬਹੁਤ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਤੁਸੀਂ ਦੱਸ ਰਹੇ ਹੋ ਕਿ ਕਿਵੇਂ ਸੁਥਰੇ ਪੰਦੇ ਰਾਹ ਦੇ ਉੱਤੇ ਤੁਰੇ ਹੋ ਪੰਮੀ ਬਾਈ ਹੋਰਾਂ ਨੇ ਜੱਟਵਾਦ ਨੂੰ ਪ੍ਰਮੋਟ ਕਰਨ ਦੀ ਗਾਇਕੀ ਬਹੁਤ ਪੇਸ਼ ਕੀਤੀ ਹੈ ਗੱਲ ਬੇਸ਼ੱਕ ਹੋਵੇ ਜੱਟ ਜੱਟਾਂ ਦੇ ਤੇ ਭੋਲੂ ਹੈ ਨਾਰਾਇਣ ਦਾ ਗੱਲ ਬੇਸ਼ੱਕ ਹੋਵੇ ਹਾਂ ਜੱਟ ਪੰਜਾਬੀ ਦੋਸਤੋ ਗੱਲ ਬੇਸ਼ੱਕ ਹੋਵੇ ਵੀ ਦੋ ਚੀਜ਼ਾਂ ਜੱਟ ਮੰਗਦਾ दारू ਘਰ ਦੀ ਬੰਦੂਕ 12 ਬੋਰ ਦੀ ਇਹ ਜਿਹੜੀ ਜੱਟਵਾਦ ਵਾਲੀ ਗਾਇਕੀ ਆ ਇਹਦੇ ਪਿੱਛੇ ਕੀ ਕਾਰਨ ਦੇਖੋ ਮੈਂ ਸਵਰਨ ਦੱਸਣਾ ਚਾਹੁੰਨਾ ਇਸ ਗੱਲ ਦੇ ਲਈ ਕਿ ਜੱਟ ਪੰਜਾਬ ਦਾ ਨਾਇਕ ਹੈ 60% ਲੋਕ ਖੇਤੀਬਾੜੀ ਨਾਲ ਜੁੜੇ ਹੋਏ ਨੇ ਜੀ ਤੇ ਉਹਦੇ ਵਿੱਚ ਇੱਕ ਕਾਸਟ ਨਹੀਂ ਹੈਗੀ ਅੱਜ ਬ੍ਰਾਹਮਣ ਵੀ ਖੇਤੀ ਕਰਦੇ ਨੇ ਹੂੰ ਤੇ ਸਾਡੇ ਦੋਸਤ ਪਛੜੀਆਂ ਸ਼੍ਰੇਣੀ ਵਾਲੇ ਮਿੱਤਰ ਉਹ ਵੀ ਖੇਤੀਬਾੜੀ ਨਾਲ ਜੁੜੇ ਹੋਏ ਨੇ ਤੇ ਹੋਰ ਕਾਸਟਾਂ ਦੇ ਲੋਕ ਵੀ ਖੇਤੀਬਾੜੀ ਨਾਲ ਜੁੜੇ ਹੋਏ ਨੇ ਤੇ ਮੈਂ ਜੇ ਨਾਇਕ ਦੀ ਗੱਲ ਨਹੀਂ ਕਰੂੰਗਾ ਤੇ ਮੈਂ ਖਲਨਾਇਕ ਦੀ ਗੱਲ ਕਰੂੰਗਾ ਮੇਰਾ ਅੱਜ ਦਾ ਹੀਰੋ ਪੰਜਾਬ ਦਾ ਜੱਟ ਹੈ ਉਹ ਬકરી ਗੱਲ ਹੈ ਕਿ ਜੱਟ ਅਜ ਤਰਾਸਦੀ ਦੇ ਦੌਰ ਦੇ ਵਿੱਚੋਂ ਦੀ ਲੰਘ ਰਿਹਾ ਹੈ ਕਰਜ਼ੇ ਦੇ ਦੌਰ ਦੇ ਵਿੱਚ ਦੀ ਲੰਘ ਰਿਹਾ ਹੈ ਖੁਦਗਸ਼ੀਆਂ ਕਰ ਰਿਹਾ ਹੈ ਮੈਂ ਉਹਨਾਂ ਚੀਜ਼ਾਂ ਦਾ ਵੀ ਜ਼ਿਕਰ ਕੀਤਾ ਹੈ ਮੈਂ ਉਹਨਾਂ ਚੀਜ਼ਾਂ ਦਾ ਵੀ ਜ਼ਿਕਰ ਕੀਤਾ ਹੈ ਪਰ ਕਾਰਨ ਇਹ ਹੈਗਾ ਕਿ ਮੈਂ ਜਿਸ ਚੀਜ਼ ਨੂੰ ਰਿਪਰੈਜ਼ੈਂਟ ਕਰ ਰਿਹਾ ਮੈਂ ਖੁਦ ਬਿਜਾਤੇ ਖੁਦ ਜੱਟਾਂ ਦਾ ਮੁੰਡਾ ਤੇ ਮੈਂ ਆਪਦੇ ਪਿੰਡ ਦੇ ਵਿੱਚ ਵੀ ਵਿਚਰੇ ਆ ਆਪਦੇ ਉਹਨਾਂ ਲੋਕਾਂ ਨਾਲ ਹੁਣ ਵੀ ਵਿਚਰੇ ਆ ਹੁਣੇ ਰੀਸੈਂਟਲੀ ਇੱਕ ਨਵੀਂ ਐ ਕੈਸਟ ਮੇਰੀ ਜੋ ਗੁਨੀਆਂ ਦਾ ਗੀਤ ਮੈਂ ਆਪਦੇ ਪਿੰਡ ਚ ਜਾ ਕੇ ਸ਼ੂਟ ਕੀਤਾ ਸੋ ਕਾਰਨ ਇਹ ਹੁੰਦਾ ਕਿ ਤੁਸੀਂ ਕੰਮ ਕੀ ਕਰਦੇ ਹੋ ਜੱਟ ਪੰਜਾਬੀ ਦੋਸਤੋ ਗਾਣਾ ਮੰਗੀਮਾਲ ਨੇ ਲਿਖਿਆ ਸੀ ਪਰ ਗਾਇਆ ਪੰਮੀ ਬਾਈ ਨੇ ਉਹ ਵੀ ਗਾ ਸਕਦਾ ਸੀ ਸੋ ਇਸ ਕਰਕੇ ਜਿਹੜੇ ਇਸ ਤਰ੍ਹਾਂ ਦੇ ਗੀਤ ਨੇ ਉਹਦੇ ਵਿੱਚ ਮੈਂ ਮਾਂ ਸ੍ਰਿੰਦਰ ਕੌਰ ਭੈਣ ਵੱਡੀ ਗਰਮੀਤ ਬਾਬਾ ਗੁਰਦਾਸ ਵੱਡਾ ਬਾਈ ਗੁਰਦਾਸ ਮਾਨ ਹਾਕੀ ਲੈਂਪੀਅਨ ਸਟਾਰ ਨੋ ਐਟ ਪ੍ਰੈਜ਼ੈਂਸ ਐਮ ਐਲ ਏ ਸਰਦਾਰ ਪ੍ਰਗਟ ਸਿੰਘ ਉਹਨਾਂ ਨੂੰ ਲੈਤਾ ਬੀਬੀ ਸਤਿੰਦਰ ਬੀਟੀ ਡੋਲੀ ਗਰੇਰੀਆ ਜੀ ਇਸ ਤਰ੍ਹਾਂ ਦੇ ਮਹਾਨ ਕਲਾਕਾਰਾਂ ਨੂੰ ਮੈਂ ਸਲੂਟ ਕੀਤਾ ਉਹਦੇ ਵਿੱਚ ਡਿਪਿਕਟ ਕੀਤਾ ਉਸ ਗਾਣੇ 'ਚ ਤੇ ਉਹ ਗਾਣਾ ਕੀ ਮਾੜਾ ਹੂੰ ਹੂੰ ਤੇ ਉਹ ਪੂਰੀ ਦੁਨੀਆ 'ਚ ਗਾਣਾ ਬੱਜੇ ਤੇ ਮਾਂ ਸ੍ਰਿੰਦਰ ਕੌਰ ਦੀ ਤਾਂ ਕੋਈ ਸੋਲੋ ਵੀਡੀਓ ਨਹੀਂ ਹੈਗੀ ਸੀ ਸਹੀ ਹੈ ਸਹੀ ਹੈ ਐ ਤੇ ਮੈਂ ਉਹਨਾਂ ਨੂੰ ਉਸ ਵੀਡੀਓ 'ਚ ਲਿਆ ਕੇ ਇੱਕ ਤਰ੍ਹਾਂ ਨਾਲ ਮਤਲਬ ਕਿ ਲੋਕਾਂ ਨੇ ਸਾਹਮਣੇ ਪੇਸ਼ ਕੀਤਾ ਤੇ ਉਹਨਾਂ ਨੇ ਮੇਰਾ ਸਿਰ ਝੁਲੋਸਿਆ ਵੀਡੀਓ ਦੇ ਵਿੱਚ ਮੈਨੂੰ ਪਿਆਰ ਦਿੱਤਾ ਸੋ ਇਹ ਗੱਲਾਂ ਹੁੰਦੀਆਂ ਨੇ ਕਿ ਮੈਂ ਜੱਟਵਾਦ ਨੂੰ ਬੜਾਵਾ ਨਹੀਂ ਦੇ ਰਿਹਾ ਮੈਂ ਪੰਜਾਬ ਦੇ ਉਸ ਨਾਇਕ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਜਾ ਰਿਹਾ ਜੀ ਜੀ ਭਾਈ ਜੀ ਤੁਹਾਡੀ ਹੁਣ ਐਲਬਮ ਆਈ ਹੈ ਮੇਰੀ ਜੁਗਨੀ ਇਹਦੇ ਮੈਂ ਦੋ ਤਿੰਨ ਗੀਤ ਆ ਜਿਹੜੇ ਉਹ ਵਕ ਵਕ ਚੈਨਲਾਂ ਦੇ ਉੱਤੇ ਸੁਣ ਵੀ ਲਏ ਆ ਦੇਖ ਵੀ ਲਏ ਆ ਇਹਦੇ ਵਿੱਚ ਇੱਕ ਗੀਤ ਆ ਜਿਹੜਾ ਉਹ ਤੁਸੀਂ ਪੰਜਾਬ ਦੇ ਕਲਾਕਾਰਾਂ ਦੇ ਬਾਰੇ ਗਾਇਆ ਜਿਹਦੇ ਵਿੱਚ ਤੁਸੀਂ ਸੁਰਿੰਦਰ ਕੌਰ ਜੀ ਦਾ ਜ਼ਿਕਰ ਕੀਤਾ ਹੈ ਉਸੀ ਗੱਲ ਕੀਤੀ ਆ ਜਮਲਾ ਜੱਟ ਹੋਰਾਂ ਦੀ ਤੁਸੀਂ ਗੱਲ ਕਹੀ ਆ ਕਿ ਪੰਜਾਬੀਓ ਜੋ ਕੁਝ ਮਰਜ਼ੀ ਕਰ ਲੋ ਪਰ ਆਪਣਾ ਵਿਰਸਾ ਨਾ ਭੁਲਾਇਓ ਤੇ ਮੈਂ ਚਾਹੁੰਦਾ ਕਿ ਸਾਡੇ ਦਰਸ਼ਕਾਂ ਦੇ ਨਾਲ ਉਸ ਗੀਤ ਦੀ ਤਾਂ ਗੱਲ ਕਰਾਂ ਉਹਦਾ ਵੀਡੀਓ ਵੀ ਬਣ ਰਿਹਾ ਤੇ ਉਸ ਗੀਤ ਨੂੰ ਮੇਰੇ ਬਹੁਤ ਪਰਮ ਮਿੱਤਰ ਨੇ ਦਿੱਲੀ ਤੋਂ ਬਾਈ ਛੋਟੀ ਹੋਣੀ ਅੱਛਾ ਜੀ ਉਹਨਾਂ ਨੇ ਉਸ ਗੀਤ ਨੂੰ ਲਿਖਿਆ ਤੇ ਹਰਜੀਤ ਗੁੱਡੂ ਨੇ ਉਹਦਾ ਮਿਊਜ਼ਿਕ ਸੰਗੀਤ ਤਿਆਰ ਕੀਤਾ ਕਿਉਂਕਿ ਮੇਰੀ ਇਸ ਨਵੀਂ ਐਲਬਮ ਦੇ ਵਿੱਚ ਪੰਜ ਸੰਗੀਤਕਾਰਾਂ ਨੇ ਕੰਮ ਕੀਤਾ ਅੱਛਾ ਜੀ ਮੇਰਾ ਬਹੁਤ ਹੀ ਪਰਮਿੱਤਰ ਕੁਲਜੀਤ ਉਹਨੇ ਦੋ ਗਾਣੇ ਕੀਤੇ ਨੇ ਤੇ ਪਪਸੀ ਨੇ ਇੱਕ ਗਾਣਾ ਕੀਤਾ ਹੈ ਹਰਜੀਤ ਗੁੱਟੂ ਨੇ ਦੋ ਗਾਣੇ ਕੀਤੇ ਨੇ ਤੇ ਇਸ ਤਰ੍ਹਾਂ ਡਾਕਟਰ ਡੈਨੀ ਨੇ ਦੋ ਗਾਣੇ ਕੀਤੇ ਨੇ ਇੱਕ ਗਾਣਾ ਆਰ ਗੁਰੂ ਨੇ ਕੀਤਾ ਸੋ ਐਦਕੀ ਮੈਂ ਕੋਸ਼ਿਸ਼ ਕੀਤੀ ਅਲਗ-ਅਲਗ ਫਲੇਵਰ ਦੇ ਗਾਣੇ ਉਸ ਤਰ੍ਹਾਂ ਕਰਾਂ ਕੁਝ ਬੰਬੇ ਰਿਕਾਰਡ ਕੀਤੇ ਕੋ ਲੰਡਨ ਰਿਕਾਰਡ ਕੀਤੇ ਨੇ ਤੇ ਉਹ ਉਹ ਗਾਣਾ ਜਿਹੜਾ ਤੁਸੀਂ ਗੱਲ ਕਰਦੇ ਹੋ ਉਸ ਗਾਣੇ ਦਾ ਵੀਡੀਓ ਬਣ ਰਿਹਾ ਹੈ ਤੇ ਉਹਦੀਆਂ ਦੋ ਲੈਣਾ 17 ਮੈਂ ਤਰਨ ਉਹ ਸ਼ੇਅਰ ਕਰਨ ਜਾ ਰਿਹਾ ਹੁਣ ਕਿੱਥੋਂ ਲੱਭੀਏ ਆਵਾਜ਼ ਕੋਇਲ ਦੀ ਕੂਕ ਜਈ ਸੁਰਿੰਦਰ ਤੇ ਪ੍ਰਕਾਸ਼ ਕੋਰਦੀ ਹੂਕ ਜਈ ਹੁਣ ਕਿੱਥੋਂ ਲੱਭੀਏ ਆਵਾਜ਼ ਕੋਇਲ ਦੀ ਕੂਕ ਜਈ ਸੁਰਿੰਦਰ ਤੇ ਪ੍ਰਕਾਸ਼ ਕੋਰਦੀ ਹੂਕ ਜਈ ਜਮਲੇ ਜੱਟ ਦੇ ਗੀਤ ਨਾ ਕਰ ਕਰਾਬ ਦੇ ਹੋਏ ਲੱਖ ਤਰਕੀਆਂ ਕਰੋ ਏ ਪੁੱਤ ਪੰਜਾਬ ਦੇਓ ਬਿਰਸਾ ਨਾ ਤੁਸੀਂ ਭੁੱਲਿਓ ਸ਼ੇਰ ਪੰਜਾਬ ਦੇਓ ਲੱਖ ਤਰਕੀਆਂ ਕਰੋ ਏ ਪੁੱਤ ਪੰਜਾਬ ਦੇਓ ਪੰਜਾਬ ਦੇ ਬਹੁਤ ਸਾਰੇ ਕਲਾਕਾਰ ਆ ਜਿਹੜੇ ਉਹ ਚੋਣਾਂ ਦੇ ਵਿੱਚ ਸਿੱਧੇ ਜਾਂ ਅਸਿੱਧੇ ਤਰੀਕੇ ਦੇ ਨਾਲ ਸਰਗਰਮ ਹੈ ਤੁਹਾਡਾ ਪਛੋਕੜਾ ਜਿਹੜਾ ਉਹ ਕਾਮਰੇਡ ਪਰਿਵਾਰ ਦੇ ਨਾਲ ਜੁੜਿਆ ਹੋਇਆ ਬਾਪੂ ਪ੍ਰਤਾਪ ਸਿੰਘ ਬਾਗੀ ਜੀ ਜਿਵੇਂ ਤੁਸੀਂ ਦੱਸਿਆ ਹੀ ਹੈ ਕਿ ਦੋ ਵਾਰ ਉਹਨਾਂ ਨੇ ਇਲੈਕਸ਼ਨ ਵੀ ਲੜੀ ਸੀ ਤੇ ਤੁਹਾਨੂੰ ਨਹੀਂ ਕਦੇ ਇਦਾਂ ਲੱਗਾ ਕਿ ਸਾਨੂੰ ਵੀ ਇਸ ਖੇਤਰ ਦੇ ਵਿੱਚ ਪੈਰ ਧਰਾਵਾ ਕਰ ਲੈਣਾ ਚਾਹੀਦਾ ਬਾਪੂ ਜੀ ਮੈਨੂੰ ਸਿਆਣਾ ਕਰਗੇ ਸੀ ਮੈਂ ਜਦੋਂ ਲਾ ਕੀਤਾ ਸੀ ਉਦੋਂ ਮੇਰਾ ਬੜਾ ਜੀ ਕਰਦਾ ਸੀ ਕਿ ਮੈਂ ਵੀ ਪੋਲਿਟਿਕਸ ਦੇ ਵਿੱਚ ਆਵਾਂ ਜੇ ਮੈਂ ਉਹਨੂੰ ਕੰਟੀਨਿਊ ਕਰਦਾ ਤੇ ਸ਼ਾਇਦ ਮੈਂ ਵੀ ਹੁਣ ਦੋ ਤਿੰਨ ਵਾਰ ਐਮਐਲਏ ਬਣਿਆ ਹੁੰਦਾ ਮਿਨਿਸਟਰ ਮਿਨਿਸਟਰ ਵੀ ਕਦੇ ਬਣ ਜਾਂਦਾ ਪਰ ਮੈਨੂੰ ਬਹੁਤ ਸਿਆਣਾ ਕਰਗੇ ਸੀ ਤੇ ਕਿਉਂਕਿ ਮੈਂ ਅੱਜ ਦੇ ਇਸ ਸਿਨੈਰੀਓ ਦੇ ਵਿੱਚ ਜਦੋਂ ਬਾਪੂ ਹੁਣੀ ਸਿਆਸਤ ਦੇ ਵਿੱਚ ਆਏ ਤਾਂ ਉਹ ਮੁਲਕ ਆਜ਼ਾਦ ਕਰਾਉਣ ਲਈ ਆਏ ਸੀ ਤੇ ਉਸ ਤੋਂ ਮੰਗਰੋਂ ਉਹਨਾਂ ਨੂੰ ਸੀ ਹੁਣ ਮੈਂ ਐਮਐਲਏ ਬਣ ਜਾ ਜਾਂ ਮੈਂਬਰ ਪਾਰਲੀਮੈਂਟ ਬਣ ਜਾਉਂ ਅਗਲੀ ਗੱਲ ਸੀ ਪਰ ਅੱਜ ਜਿਹੜੇ ਲੋਕ ਸਿਆਸਤ 'ਚ ਆ ਰਹੇ ਨੇ ਉਹ ਮਹਿਜ਼ ਪੈਸੇ ਲਈ ਆ ਰਹੇ ਨੇ ਸ਼ੋਹਰਤ ਲਈ ਆ ਰਹੇ ਨੇ ਤੇ ਉਹ ਦੋਨੇ ਚੀਜ਼ਾਂ ਸੱਚੇ ਪਾਤਸ਼ਾਹ ਨੇ ਮੈਨੂੰ ਉਹੀ ਬਖਸ਼ਦੀਆਂ ਨੇ ਬਿਲਕੁਲ ਤੇ ਮੈਂ ਜ਼ਰੂਰੀ ਲੋਕਾਂ ਦੀਆਂ ਗਾਲਾਂ ਸੁਣਨੀਆਂ ਨੇ ਕਿਉਂਕਿ ਅੱਜ ਸਿਆਸਤ ਜਿਹੜੀ ਹੈਗੀ ਆ ਉਹ ਬੜੀ ਇੰਟਾਇਰਲੀ ਡਿਫਰੈਂਟ ਹੋ ਗਈ ਹੈ ਲੋਕਾਂ ਦੀ ਸੇਵਾ ਕਰਨ ਵਾਲੀ ਸਿਆਸਤ ਨਹੀਂ ਰਹੀ ਆਪਣੀ ਤੇ ਆਪਣੇ ਪਰਿਵਾਰ ਦੀ ਸੇਵਾ ਕਰਨ ਵਾਲੀ ਸਿਆਸਤ ਹੋ ਗਈ ਹੈ ਪਰਿਵਾਰਵਾਦ ਦਾ ਇੱਥੇ ਬਹੁਤ ਵੱਡਾ ਬੋਰਬਾਲਾ ਹੈਗਾ ਉਸ ਪਰਿਵਾਰਵਾਦ ਦੇ ਵਿੱਚ ਤੁਹਾਡਾ ਸਟੈਬਲਿਸ਼ ਹੋਣਾ ਬਹੁਤ ਔਖਾ ਹੈ ਤੇ ਪੰਮੀ ਬਈ ਚਾਪਲੂਸੀ ਦੀ ਹੱਦ ਤੇ ਉਸ ਪੱਧਰ ਤੇ ਜਾ ਨਹੀਂ ਸਕਦਾ ਅੰਦਰਲੀ ਜ਼ਮੀਰ ਅਲਾਉ ਨਹੀਂ ਕਰਦੀ ਇਸ ਤੋਂ ਬਿਹਤਰ ਨਹੀਂ ਕਿ ਪਰੇ ਹੀ ਰਹੀਏ ਇਸ ਸਿਆਸਤ ਤੋਂ ਜੀ ਜੀ ਮੈਨੂੰ ਹੁਣ ਵੀ ਪਿਛਲੇ 10 ਸਾਲਾਂ ਚ ਦੋ ਵਾਰ ਮੈਨੂੰ ਆਫਰਾਂ ਹੋ ਚੁੱਕੀਆਂ ਨੇ ਬਖ ਬਖ ਸਿਆਸੀ ਪਾਰਟੀ ਦੀਆਂ ਕੀ ਜੀ ਤੁਸੀਂ ਸਾਡੇ ਨਾਲ ਆਓ ਸਾਡੇ ਨਾਲ ਆਓ ਅਸੀਂ ਤੁਹਾਨੂੰ ਟਿਕਟ ਦਿੰਨੇ ਆ ਫਲਾਣਾ ਕਰਦੇ ਆ ਤੇ ਮੈਂ ਹੱਤ ਮੰਨ ਕੇ ਖਿਮਾਂ ਦਾ ਜਾਜਕ ਹੋ ਜਾਣਾ ਤੇ ਆਪਦੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਆ ਤੁਸੀਂ ਕਿਸੇ ਪੰਜਾਬੀ ਫਿਲਮ ਦੇ ਨਾਲ ਜੁੜ ਰਹੇ ਹੋ ਇਹ ਪੰਜਾਬੀ ਫਿਲਮਾਂ ਦੇ ਨਾਲ ਜਿਹੜੇ ਇਹ ਖਬਰਾਂ ਹੀ ਆਈਆਂ ਜਾਂ ਸੱਚੀ ਮੁੱਚੀ ਵੀ ਜੁੜ ਰਹੇ ਹੋ ਜੇ ਜੁੜ ਰਹੇ ਹੋ ਤਾਂ ਕਿਹਦੇ ਨਾਲ ਤੇ ਕਦੋਂ ਫਿਲਮ ਆਵੇ ਦੇਖੋ ਜਿਹੜੀ ਤੇ ਡਰਾਈਵਰ ਦੀ ਭੂਮਿਕਾ ਉਹ ਤਾਂ ਹਿੰਦੀ ਫਿਲਮ ਸੀ ਅੱਛਾ ਜੀ ਹਮ ਤੋ ਸਫਰ ਕਰਤੇ ਹੈ ਅੱਛਾ ਜੀ ਉਤੇ ਹਿੰਦੀ ਮੂਵੀ ਬੜੇ ਵੱਡੇ ਬਜਟ ਦੀ ਹੈ ਉਹਦੇ ਚ ਮੇਰਾ ਇੱਕ ਪੰਜਾਬੀ ਕਰੈਕਟਰ ਹੈਗਾ ਲੀਡ ਰੋਲ ਹੈ ਅੱਛਾ ਜੀ ਉਹ ਮਲਟੀ ਆਰਟਿਸਟ ਬੇਸਡ ਸਟੋਰੀ ਹੈਗੀ ਹੈ ਉਹ ਚ ਮੈਂ ਵੀ ਹੀਰੋ ਆ ਹੋਰ ਵੀ ਦੋ ਹੀਰੋ ਨੇ ਤੇ ਉਹ ਤੇ ਦੇਖੋ ਕਦੋਂ ਕੰਪਲੀਟ ਹੁੰਦੀ ਹੈ ਤੇ ਕਦੋਂ ਬਣਦੀ ਹੈ ਬਾਕੀ ਜਿੱਤੇ ਤੱਕ ਪੰਜਾਬੀ ਸਿਲਮੇ ਦੀ ਗੱਲ ਹੈਗੀ ਹੈ ਮੈਨੂੰ ਬੜੀਆਂ ਉਫਰਾਂ ਆਈਆਂ ਨੇ ਪਰ ਮੈਂ ਸਾਰਿਆਂ ਨੂੰ ਹੱਤ ਬਨ ਕੇ ਜਵਾਬ ਦਿੰਦਾ ਸਿਆਸਤਾਂ ਹਾਂ ਹਾਂ ਮੈਂ ਹੱਤ ਬਨ ਕੇ ਜਵਾਬ ਦਿੰਦਾ ਕਿਉਂਕਿ ਮੈਂ ਇਸ ਤਰ੍ਹਾਂ ਦੀਆਂ ਬਾਈ ਹੱਤ ਤਰ੍ਹਾਂ ਦੀਆਂ ਫਿਲਮਾਂ ਦੇ ਵਿੱਚ ਕੰਮ ਨਹੀਂ ਕਰਨਾ ਚਾਹੁੰਦਾ ਮੈਂ ਚਾਹਣਾ ਕਿ ਕਿਸੇ ਕੋਈ ਅੱਛੇ ਸਬਜੈਕਟ ਦੇ ਉੱਤੇ ਫਿਲਮ ਬਣੇ ਮੈਂ ਇੱਕ ਭੰਗੜੇ ਦੇ ਉੱਤੇ ਫਿਲਮ ਜ਼ਰੂਰ ਬਣਾਵਾਂਗਾ ਇਹ ਮੇਰੀ ਜ਼ਿੰਦਗੀ ਦਾ ਏਮ ਹੈ ਜਿਸ ਭੰਗੜੇ ਦੇ ਨਾਲ ਮੈਂ ਬਹੁਤ ਦੇਰ ਤੋਂ ਜੁੜਿਆ ਹੋਇਆ ਹਾਂ ਬਿਲਕੁਲ ਦਿਲੋਂ ਜੁੜਿਆ ਹੋਇਆ ਹਾਂ ਅੱਜ ਵੀ ਮੈਂ ਆਪਦੀ ਪਰਫਾਰਮੈਂਸ ਦੇ ਵਿੱਚ ਆਪਦੇ ਉਸ ਭੰਗੜੇ ਨੂੰ ਡਿਪੀਕਟ ਕਰਦਾ ਆਂ ਆਪਦੇ ਮਲਬਈ ਕਿੱਦਿਆਂ ਨੂੰ ਡਿਪੀਕਟ ਕਰਦਾ ਆਂ ਆਪਦੀ ਝੂਮਰ ਨੂੰ ਡਿਪੀਕਟ ਕਰਦਾ ਆਂ ਸੋ ਮੈਂ ਭੰਗੜੇ ਨੂੰ ਸਮਰਪਿਤ ਇੱਕ ਫਿਲਮ ਜ਼ਰੂਰ ਕਰਨੀ ਹੈ ਤੇ ਉਹ ਚਾਹੇ ਮੈਂ ਆਪ ਬਣਾਵਾਂ ਮੈਂ ਚਾਹੇ ਕੋਈ ਪ੍ਰੋਡਕਸ਼ਨ ਹਾਊਸ ਬਣਾਵੇ ਉਹ ਵੱਖਰੀ ਗੱਲ ਹੈ ਮੈਂ ਅੱਜ ਦੇ ਸਿਲਮੇ ਨੂੰ ਵੇਖ ਕੇ ਮੈਨੂੰ ਇਸ ਗੱਲ ਦਾ ਹੈ ਕਿ ਲੋਕਾਂ ਦਾ ਸਾਡੇ ਭੇਡ ਚਾਲ ਟਹਿਣਾ ਜੀ ਬਹੁਤ ਜ਼ਿਆਦਾ ਹੈ ਕਿ ਜਿੱਧਰ ਨੂੰ ਤੁਰ ਪਾਉਂਦੇ ਨੇ ਫੇਰ ਕਰਕੇ ਹਟਦੇ ਨੇ ਤੇ ਜੇ ਦੋ ਕ ਕਮੇਡੀ ਫਿਲਮ ਸਾਡੀਆਂ ਵਧੀਆ ਬਿਜ਼ਨਸ ਕਰ ਗਈਆਂ ਤਾਂ ਸਾਰਿਆਂ ਨੇ ਕਮੇਡੀ ਫਿਲਮਾਂ ਬਣਾਉਣੀਆਂ ਸ਼ੁਰੂ ਕਰਤੀਆਂ ਉਹ ਇੰਨੀਆਂ ਬਣਾਤੀਆਂ ਕਿ ਲੋਕ ਅੱਕ ਗਏ ਨੇ ਥੱਕ ਗਏ ਨੇ ਹਰ ਹਫ਼ਤੇ ਇੱਕ ਫਿਲਮ ਰਿਲੀਜ਼ ਹੋ ਰਹੀ ਹੈ ਤੇ ਫਿਲਮਾਂ ਦਾ ਕੀ ਹਸ਼ਰ ਹੋ ਰਿਹਾ ਤੁਸੀਂ ਵਕ ਵਕ ਅਖਬਾਰਾਂ ਚ ਮੈਗਜ਼ੀਨਾਂ ਚ ਉਹਨਾਂ ਬਾਰੇ ਬਹੁਤ ਲਿਖਦੇ ਹੋ ਮੈਂ ਪੜ੍ਹਦਾ ਰਹਿਣਾ ਹਾਂ ਸੋ ਮੈਂ ਵੀ ਉਹ ਚਾਹੁੰਦਾ ਨਹੀਂ ਕਿ ਮੈਂ ਵੀ ਉਸ ਭੀੜ ਚ ਗੁੰਮ ਹੋ ਜਾਂ ਤੇ ਕਿਸੇ ਅੱਛੇ ਸਬਜੈਕਟ ਦੇ ਉੱਤੇ ਮੇਰੀ ਖਾਸ਼ਤ ਹੈਗੀ ਹੈ ਕਿ ਮੈਂ ਕੋਈ ਸਜੀਦਾ ਸਬਜੈਕਟ ਜਿਹੜਾ ਸਾਡੇ ਪੰਜਾਬ ਨਾਲ ਸਾਡੀ ਪੰਜਾਬੀਅਤ ਨਾਲ ਸਾਡੇ ਪਿੰਡਾਂ ਨਾਲ ਜੁੜਿਆ ਹੋਇਆ ਉਹ ਜਿਹੇ ਸਬਜੈਕਟ ਦੇ ਉੱਤੇ ਫਿਲਮ ਬਣਾਉਂਗਾ ਚਾਹੇ ਉਹ ਕਮਰਸ਼ੀਅਲ ਨਾ ਹੋਵੇ ਮਤਲਬ ਕਿ ਕਮਰਸ਼ੀਅਲ ਘੱਟ ਹੋਵੇ ਆਰਟ ਜ਼ਿਆਦਾ ਹੋਵੇ ਤਾਂ ਕਿ ਜਿਹੜੇ ਅੱਛੇ ਲੋਕ ਵਿਦੇਸ਼ਾਂ 'ਚ ਵੱਸਦੇ ਲੋਕ ਜਿਨ੍ਹਾਂ ਦੇ ਅੰਦਰ ਭੁੱਖਾ ਨੇ ਜਾਂ ਸਾਡੇ ਇਸ ਪੰਜਾਬ ਦੇ ਵਿੱਚ ਵੱਸਦੇ ਲੋਕ ਜਿਹੜੇ ਸਹੀ ਸਿਲਮਾ ਵੇਖਣਾ ਚਾਹੁੰਦੇ ਨੇ ਉਹਨਾਂ ਨੇ ਵੀ ਕੁਛ ਨਾ ਕੁਛ ਹੋਣਾ ਚਾਹੀਦਾ ਨਾ ਬਿਲਕੁਲ ਸੋ ਉਹ ਇਹ ਜਿਹਾ ਕੰਮ ਕਰਨ ਦੀ ਮੇਰੀ ਇੱਛਾ ਹੈਗੀ ਹੈ ਤੇ ਸੱਚੇ ਪਾਤਸ਼ਾਹ ਨੇ ਜਦੋਂ ਬਲ ਬਖਸ਼ਿਆ ਜਾਂ ਉਸ ਤਰ੍ਹਾਂ ਦਾ ਸਮਾ ਬਖਸ਼ਿਆ ਤੇ ਡੈਫੀਨੇਟਲੀ ਕਰਾਂਗੇ ਭਾਈ ਜੀ ਤੁਹਾਡੀ ਬਹੁਤ ਵਧੀਆ ਇੱਛਾ ਤੇ ਅਸੀਂ ਚਾਹੁੰਦੇ ਹਾਂ ਤੁਹਾਡੀ ਇੱਛਾ ਜਲਦੀ ਇਹ ਪੂਰੀ ਹੋਵੇ ਤੇ ਜਾਂਦਿਆਂ ਜਾਂਦਿਆਂ ਪੰਜਾਬੀ ਗਾਇਕੀ ਨੂੰ ਅੱਜ ਤੁਸੀਂ ਕਿੱਥੇ ਇੱਕ ਖੜਾ ਦੇਖਦੇ ਹੋ ਤੇ ਤੁਹਾਡੀਆਂ ਪਵਿੱਖੀ ਯੋਜਨਾਵਾਂ ਕੀ ਕੀ ਆ? ਸਵਰਨ ਜੀ ਦੇਖੋ ਪਵਿੱਖਤੀਆਂ ਤਾਂ ਹਰ ਬੰਦੇ ਦੀਆਂ ਯੋਜਨਾਵਾਂ ਹੁੰਦੀਆਂ ਨੇ ਉਹਨਾਂ ਵਿੱਚੋਂ ਮੈਂ ਵੀ ਇੱਕ ਆਹੇਗਾ ਤੇ ਮੈਂ ਵੀ ਚਾਹਣਾ ਕਿ ਮੈਂ ਹੋਰ ਲੰਮਾ ਸਮਾਂ ਇਸ ਪੰਜਾਬੀ ਮਾਂ ਬੋਲੀ ਦੀ ਪੰਜਾਬੀ ਕਲਚਰ ਦੀ ਗੱਲ ਕਰ ਸਕਾਂ ਬਾਤ ਪਾ ਸਕਾਂ ਤੇ ਇਹਨੂੰ ਮੈਕਸਿਮਮ ਸਪਰੈਡ ਕਰ ਸਕਾਂ ਪਰ ਸਾਡੀ ਬਦਕਿਸਮਤੀ ਇਹ ਹੈ ਕਿ ਸਾਡੇ ਅੱਜ ਦਾ ਸਮੁੱਚਾ মিডিਆ ਜਿਹਦੇ ਵਿੱਚ ਸਾਡਾ ਸੈਟਲਾਈਟ ਚੈਨਲਸ ਨੇ ਉਹ ਪੰਜਾਬੀ ਨੂੰ ਪ੍ਰਮੋਟ ਕਰਨ ਦੇ ਵਿੱਚ ਬਹੁਤ ਪਿੱਛੇ ਨੇ ਤੇ ਉਹ ਜੇ ਕੋਈ ਤੁਸੀਂ ਇਸ ਤਰ੍ਹਾਂ ਦਾ ਅੱਛਾ ਗਾਣਾ ਕਲਚਰਲੀ ਲੈਵਲ ਦੇ ਉੱਤੇ ਉਹਨਾਂ ਨੂੰ ਦਿੰਨੇ ਹੋ ਤਾਂ ਉਹ ਦੋ ਚਾਰ ਪਾਰ ਚਲਾ ਕੇ ਤੇ ਪਰਾਂ ਧਰ ਦਆ ਦਿੰਨੇ ਉਹ ਕਹਿੰਦੇ ਨੇ ਵੀ ਸਾਨੂੰ ਤਾਂ ਟੀਆਰਪੀ ਦੀ ਲੋੜ ਹੈ ਜਿਹਦੇ ਪਿੱਛੇ ਤੜਕਪੜਕ ਹੋਵੇ ਉਹ ਘੱਟ ਵਸਤਰਾਂ ਵਾਲੀਆਂ ਕੁੜੀਆਂ ਹੋਣ ਉਸ ਤਰ੍ਹਾਂ ਦੀਆਂ ਚੀਜ਼ਾਂ ਹੋਣ ਉਸ ਤਰ੍ਹਾਂ ਦਾ ਗਾਣਾ ਹੋਵੇ ਸੋ ਇਹ ਸਭ ਤੋਂ ਵੱਡੀ ਵੱਤ ਕਿਸਮਤੀ ਹੈ ਤੇ ਸਾਡੇ ਸਰੋਤੇ ਉਹ ਮਤਲਬ ਕਿ ਹਰ ਚੀਜ਼ ਨੂੰ ਆਏ ਬਹਿ ਕੇ ਸਭ ਕਰੀ ਜਾਂਦੇ ਨੇ ਸੱਤ ਵਚਨ ਸੱਤ ਵਚਨ ਸਾਡੇ ਲੋਕਾਂ ਨੂੰ ਜੈਨੀ ਤੌਰ ਦੇ ਉੱਤੇ ਇਸ ਗੱਲ ਦੀ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ ਕਿ ਚੰਗੇ ਨੂੰ ਚੰਗਾ ਕਹਿ ਸਕਣ ਮਾੜੇ ਨੂੰ ਮਾੜਾ ਕਹਿ ਸਕਣ ਤੇ ਉਹ ਕਹਿੰਦੇ ਨੇ ਮੇਰੇ ਕੱਲੇ ਨਾਲ ਕੀ ਬਣਦਾ ਹੈ ਇੱਕ ਇੱਕ ਵੋਟ ਨਾਲ ਹੀ ਇੱਥੇ ਸਰਕਾਰ ਬਣਦੀ ਹੈ ਸਹੀ ਹੈ ਸਹੀ ਹੈ ਤੇ ਇਸ ਤਰ੍ਹਾਂ ਜਿੰਨੀ ਦੇਰ ਤੱਕ ਸਾਡੇ ਲੋਕਾਂ ਦੇ ਵਿੱਚ ਇਹ ਚੇਤਨਾ ਨਹੀਂ ਹੁੰਦੀ ਸਾਡੇ ਖਾਸ ਤੌਰ ਤੇ ਜੰਕਸਟਰਸ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਨੇ ਉਹ ਕਿੱਧਰ ਨੂੰ ਜਾ ਰਹੇ ਨੇ ਇੱਧਰ ਨੂੰ ਲੈ ਜਾ ਰਹੇ ਨੇ ਆਪਣੀ ਮਾਂ ਬੋਲੀ ਨੂੰ ਤੇ ਆਪਣੇ ਕਲਚਰ ਨੂੰ ਤੇ ਅਸੀਂ ਕੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕੀ ਦੱਸਾਂਗੇ ਤੇ ਇਸ ਲਈ ਸਾਨੂੰ ਬਹੁਤ ਬਹੁਤ ਜ਼ਿਆਦਾ ਇਸ ਦੇ ਲਈ ਸੁਚੇਤ ਹੋਣਾ ਚਾਹੀਦਾ ਤੇ ਮੈਂ ਸਲੂਟ ਕਰਦਾ ਬਾਹਰ ਵੱਸਦੇ ਪੰਜਾਬੀਆਂ ਨੂੰ ਕੈਨੇਡਾ 'ਚ ਵੱਸਦੇ ਅਮਰੀਕਾ 'ਚ ਵੱਸਦੇ ਇੰਗਲੈਂਡ 'ਚ ਵੱਸਦੇ ਯੂਰਪ 'ਚ ਵੱਸਦੇ ਆਸਟ੍ਰੇਲੀਆ ਨਿਊਜ਼ੀਲੈਂਡ 'ਚ ਵੱਸਦੇ ਪੰਜਾਬੀਆਂ ਨੂੰ ਕਿ ਤੁਸੀਂ ਬਹੁਤ ਜ਼ਿਆਦਾ ਇਸ ਗੱਲ ਦੇ ਉੱਤੇ ਵਧਾਈ ਦੇ ਪਾਤਰੋਂ ਕਿ ਤੁਸੀਂ ਪੰਜਾਬੀ ਸਾਬਣ ਦੇ ਵਿੱਚ ਪੰਜਾਬੀ ਕਲਚਰ ਨੂੰ ਸਾਹਮਣੇ ਦੇ ਵਿੱਚ ਜੋ ਉਪਰਾਲੇ ਜੋ ਯੋਗਦਾਨ ਪਾ ਰਹੇ ਹੋ ਅਸੀਂ ਉਹਨਾਂ ਹੀ ਇੱਥੇ ਪੰਜਾਬ ਵਿੱਚ ਬੈਠ ਕੇ ਸਾਡੇ ਲੋਕ ਉਹਦਾ ਕਾਣ ਕਰ ਰਹੇ ਨੇ ਸੋ ਆਓ ਸਾਰੇ ਰਲ ਕੇ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਲਈ ਆਪਣੇ ਪੰਜਾਬੀ ਸਭਿਆਚਾਰ ਲਈ ਸੁਚੇਤ ਹੋਈਏ ਤੇ ਅਸੀਂ ਸਰਕਾਰਾਂ ਨੂੰ ਵੀ ਸੁਚੇਤ ਕਰੀਏ ਕਿ ਤੁਸੀਂ ਵੀ ਕੁਝ ਕਰੋ ਤੁਹਾਨੂੰ ਕਰਨ ਦਾ ਇਕੱਲੇ ਨੋਟਾਂ ਤੇ ਵੋਟਾਂ ਨਾਲ ਨਾ ਤੁਸੀਂ ਖੇਡੋ ਤੁਸੀਂ ਵੀ ਸਾਡੇ ਲਈ ਕੁਝ ਕਰੋ ਸਾਡੇ ਇਸ ਖੁਰਰੀ ਵਿਰਾਸਤ ਨੂੰ ਸਾਂਭਣ ਦੇ ਲਈ ਉਪਰਾਲੇ ਕਰੋ ਪੰਜਾਬ ਦੇ ਵਿੱਚ ਕੋਈ ਉਸ ਕਿਸਮ ਦਾ ਮਿਊਜ਼ੀਅਮ ਨਹੀਂ ਜਿੱਥੇ ਅਸੀਂ ਆਪਣੇ ਬੱਚੇ ਨੂੰ ਲਿਜਾ ਕੇ ਆਪਣੇ ਕਲਚਰ ਬਾਰੇ ਦੱਸ ਸਕੀਏ ਇਹ ਸਭ ਤੋਂ ਵੱਡੀ ਬਦਕਿਸਮਤੀ ਹੈ ਅਸੀਂ ਆਪਣੇ ਮਾਨੂਮੈਂਟਸ ਆਪ ਖਤਮ ਕਰਦੇ ਜਾ ਰਹੇ ਹਾਂ ਸੋ ਸਵਰਨ ਜੀ ਮੇਰੀ ਦਾ ਹੱਥ ਜੋੜ ਕੇ ਗੁਜਾਰਿਸ਼ ਹੈ ਸਾਰੇ ਹੀ ਪੰਜਾਬੀਆਂ ਨੂੰ ਕਿ ਆਓ ਪੰਜਾਬੀਓ ਰਲ ਕੇ ਆਪਣੀ ਪੰਜਾਬ ਮਾਂ ਬੋਲੀ ਨੂੰ ਖੋਰਾ ਲਾਉਣ ਤੋਂ ਬਚਾਈਏ ਇਸ ਦੇ ਸਭਿਆਚਾਰ ਨੂੰ ਬਚਾਉਣ ਦੇ ਉਪਰਾਲੇ ਕਰੀਏ ਸੋ ਮੇਰੀ ਨਿਮਰਤਾ ਸਹਿਤ ਆਪ ਨੂੰ ਇਹੀ ਬੇਨਤੀ ਬਾਈ ਜੀ ਦਿਲ ਤਾਂ ਕਰਦਾ ਤੁਹਾਡੇ ਨਾਲ ਗੱਲਾਂ ਬਾਤਾਂ ਦਾ سلسلہ ਜਾਰੀ ਰੱਖੀਏ ਹੋਰ ਲੰਮੀਆਂ ਚੌੜੀਆਂ ਗੱਲਾਂ ਕਰੀਏ ਪਰ ਵਕਤ ਇਜਾਜ਼ਤ ਨਹੀਂ ਦਿੰਦਾ ਜੀ ਜਾਣ ਨੂੰ ਜੀ ਨਹੀਂ ਜਾਣ ਨੂੰ ਕਰਦਾ ਰੰਗਲੀ ਦੁਨੀਆ ਦੇ ਪਰ ਜਾਏ ਬਿਨਾ ਨਹੀਂ ਸਰਦਾ ਸਵਰਨ ਜਾਣਾ ਹੀ ਪੈਣਾ ਹੈ ਜੀ ਜੀ ਤੇ ਤੁਸੀਂ ਵਕਤ ਕੱਢਿਆ ਆਪਣੇ ਰੁਜੇਵਿਆਂ ਦੇ ਵਿੱਚੋਂ ਤੁਹਾਡੇ ਬਹੁਤ ਬਹੁਤ ਧੰਨਵਾਦੀਆਂ ਜੀ ਧੰਨਵਾਦ